ਸਿਮਰਨ ਦੀ ਅਠਵੀਂ ਅਵਸਥਾ ਜੀ ਰੋਮ ਰੋਮ ਦਾ ਜਾਪ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ ਹਰ ਰੋਮ ਵਿੱਚ ਵਾਹਿਗੁਰੂ ਸਿਮਰਨ ਚੱਲਦਾ ਹੈ ਸ਼ਬਦ ਅ ਜੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾ ਸਾਜਨਾ ਕੀ ਮੰਗੋ ਤੂਰੇ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਥ ਸਾਥ ਪ੍ਰਵਤਮੇ ਧਿਆਵੋ ਚਰਨ ਕਮਲ ਸੋਲਾ ਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਤੇ ਕੋਟ ਇੱਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਸਾਰੀ ਸੰਗਤ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਿਆਰ ਸਤਿਕਾਰ ਵਿੱਚ ਸਾਰੇ ਭਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਤਿਮਰਨ ਦੀ ਅਵਸਥਾ ਤੇ ਸਤਿਗੁਰੂ ਜੀ ਸੇਵਾ ਲੈ ਰਹੇ ਨੇ ਜੀ ਇਸ ਪ੍ਰਕਾਰਨ ਦਾ ਹੋਰ ਕੋਈ ਮਤਲਬ ਨਹੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤੁਹਾਨੂੰ ਸੁਣਾਉਂਦਿਆਂ ਸੁਣਾਉਂਦਿਆਂ ਦਾਸ ਗਰੀਬ ਵੀ ਸਿਮਰਨ ਨਾਲ ਜੁੜ ਜਾਵੇ ਆਪ ਜੀ ਵੀ ਜੁੜ ਜਾਵੋ ਸਿਮਰਨ ਦੀ 8ਵੀਂ ਅਵਸਥਾ ਤੇ ਸਤਿਗੁਰੂ ਜੀ ਵਿਚਾਰ ਸਾਂਝੀ ਕਰਵਾਉਣ ਪਹਿਲੀਆਂ 7 ਅਵਸਥਾਵਾਂ ਤੇ ਮਹਾਰਾਜ ਜੀ ਨੇ ਸੇਵਾ ਲਈਏ ਪਹਿਲੀ ਅਵਸਥਾ ਜੀ ਬੈਖਰੀ ਜਾਪ ਜਾਪ ਕਰਦਿਆਂ ਆਵਾਜ਼ ਆਉਣੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਬੁੱਲ ਹਿਲਣੇ ਜਵਾਨ ਹਿਲਣੀ ਇਸ ਨੂੰ ਬੈਖਰੀ ਜਾਪ ਕਿਹਾ ਜਾਂਦਾ ਹੈ ਇਨੂੰ ਬੈਖਰੀ ਕਿਉਂ ਕਹਿੰਦੇ ਨੇ ਮਤਲਬ ਵਿਖਰ ਜਾਣਾ ਬਾਹਰ ਆ ਕੇ ਜਾਪ ਦਾ ਵਿਖਰ ਜਾਣਾ ਦੂਸਰੀ ਅਵਸਥਾ ਹੈ ਜੀ ਮਧਮ ਇਹ ਮਧਮਾ ਵਿੱਚ ਕੀ ਹੈ ਸਿਮਰਨ ਕੰਠ ਵਿੱਚ ਚਲਾ ਗਿਆ ਤੀਜੀ ਅਵਸਥਾ ਹੈ ਮਧਮਾ ਵਿੱਚ ਹੀ ਸੁਰਤੀ ਵਿੱਚ ਜਾਪ ਚਲਾ ਗਿਆ ਚੌਥੀ ਅਵਸਥਾ ਸਿਮਰਨ ਸਵਾਸਾਂ ਵਿੱਚ ਚਲਾ ਗਿਆ ਤੇ ਪੰਜਵੀਂ ਅਵਸਥਾ ਸਿਮਰਨ ਫਿਰਦੇ ਵਿੱਚ ਹੋ ਗਿਆ ਛੇਵੀਂ ਅਵਸਥਾ ਜੀ ਅਜੱਪਾ ਜਾਪ ਅੰਦਰ ਨਾਮ ਹੀ ਨਾਮ ਹੈ ਹੋਰ ਕੁਝ ਰਹਿ ਨਹੀਂ ਗਿਆ ਅਜੱਪਾ ਜਾਪ 7ਵੀਂ ਅਵਸਥਾ ਜੀ ਅਨਹਦ ਨਾਦ ਬਿਨਾ ਸਾਜ਼ਾਂ ਤੋਂ ਬਿਨਾ ਬੋਲਣ ਤੋਂ ਵੀ ਆਵਾਜ਼ ਆ ਰਹੀ ਹੈ ਅਨਹਦ ਨਾਦ ਚੱਲ ਪਿਆ ਗੁਰਬਾਣੀ ਵਿੱਚ ਦਲੀਲਾਂ ਆਪ ਜੀ ਨੇ ਸਰਵਣ ਕੀਤੀਆਂ ਹਨ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਬਜਾਏ ਅਨਹਦ ਨਾਦ ਚੱਲ ਪਿਆ 8ਵੀਂ ਅਵਸਥਾ ਤੇ ਸਤਿਗੁਰੂ ਜੀ ਸੇਵਾ ਲੈਣ ਅਨਹਦ ਨਾਦ ਤੋਂ ਬਾਅਦ ਸਿਮਰਨ ਦੀ ਤਕਰੀਬਨ 8ਵੀਂ ਅਵਸਥਾ ਵਾਹਿਗੁਰੂ ਸਿਮਰਨ ਰੋਂ ਰੋਂ ਵਿੱਚ ਚੱਲਾ ਗਿਆ ਇਹ ਜਿੰਨੀਆਂ ਅਵਸਥਾਵਾਂ ਮ ਸੁਣੀਆਂ ਹਨ ਸੁਣਨ ਤੱਕ ਨਾ ਰਹਿ ਜਾਣ ਨਾਮ ਜਪਣ ਦਾ ਚਾਅ ਪੈਦਾ ਹੋ ਜਾਵੇ ਗੁਰੂ ਸਾਹਿਬ ਕਿਰਪਾ ਕਰਨ ਵਿੱਚ ਹੋਰ ਅਵਸਥਾਵਾਂ ਵੀ ਆਉਂਦੀਆਂ ਨੇ ਪਰ ਮੁੱਖ ਅਵਸਥਾਵਾਂ ਹੀ ਸੰਝੀਆਂ ਕਰ ਰਹੇ ਹਾਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਆਵਾਜ਼ ਆ ਰਹੀ ਹੈ ਜਾਂ ਕੰਠ ਵਿੱਚ ਸਿਮਰਨ ਚੱਲ ਰਿਹਾ ਹੈ ਜਾਂ ਸੁਰਤੀ ਵਿੱਚ ਚੱਲ ਰਿਹਾ ਹੈ ਜਾਂ ਸਵਾਸਾਂ ਵਿੱਚ ਚੱਲ ਰਿਹਾ ਹੈ ਜਾਂ ਅਜੱਪਾ ਜਾਪ ਚੱਲ ਰਿਹਾ ਹੈ ਜਾਂ ਅਨਹਦ ਨਾਦ ਚੱਲ ਰਿਹਾ ਹੈ 8ਵੀਂ ਅਵਸਥਾ ਸਿਮਰਨ ਰੋਂ ਰੋਂ ਬੀ ਚੱਲ ਰਿਹਾ ਹੈ ਨਾਮ ਜਪਣ ਦਾ ਚਾਉ ਪੈਦਾ ਹੋ ਜਾਵੇ ਇਸ ਵਾਸਤੇ ਕੁਝ ਬਚਨਾਂ ਤੇ ਸਤਿਗੁਰੂ ਜੀ ਸੇਵਾ ਲੈਣ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਪੁਰਸ਼ਾਂ ਦੀ ਸੰਪਰਦਾ ਵੱਲੋਂ ਕਿਤਾਬ ਛਪੀ ਹੈ ਜੀ ਸੇਕ ਨੇਹ ਆ ਉਸ ਵਿੱਚ ਬਚਨ ਲਿਖਿਆ ਹੈ ਉਹ ਲਿਖਦੇ ਹਨ ਕਿ ਨਾਮ ਜਪਣ ਨਾਲ ਉਹ ਲਿਖਦੇ ਹਨ ਕਿ ਨਾਮ ਜਪਣ ਨਾਲ ਮਨੁੱਖਾ ਜਨਮ ਲੈਣ ਦਾ ਮੇਨ ਪਰਯੋਜਨ ਜਿਹੜਾ ਪੂਰਾ ਹੋ ਜਾਂਦਾ ਹੈ ਜਿਹੜਾ ਤੁਹਾਡਾ ਮੇਨ ਪ੍ਰਯੋਜਨ ਜਨਮ ਲੈਣ ਦਾ ਜੇ ਸਿਮਰਨ ਦੀਆਂ ਅਵਸਥਾ ਆਵਾ ਸੁਣ ਕੇ ਨਾਮ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਹੋ ਤੇ ਸਮਝੋ ਮੁੱਖ ਪ੍ਰਯੋਜਨ ਤੁਸੀਂ ਸੰਭਾਲ ਲਿਆ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾ ਮਿਲ ਸਾਧ ਸੰਗਤ ਪਜ ਕੇਵਲ ਨਾਮ ਇਸ ਨੂੰ ਬੜੇ ਆਰਾਮ ਨਾਲ ਸਰਵਣ ਕਰਨਾ ਨਾਮ ਜਪਣ ਨਾਲ ਮਨੁੱਖਾ ਜਨਮ ਲੈਣ ਦਾ ਜੋ ਮੇਨ ਪ੍ਰਯੋਜਨ ਸੀ ਉਹ ਇਸ ਉਸ ਨੇ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦਾ ਦੂਜਾ ਬਚਨ ਹੈ ਸੇ ਕਨੇਹਾ ਕਿਤਾਬ ਵਿੱਚੋਂ ਹੀ ਉਹ ਲਿਖਦੇ ਨੇ ਕਿ ਜਿੰਨੇ ਕਰਮ ਹੋਰ ਹਨ ਦਾਨ ਪੁੰਨ ਕਰ ਲਓ ਕੋਈ ਹੋਰ ਕਾਰਜ ਕਰ ਲਓ ਪਰ ਨਾਮ ਸਾਰੇ ਸ੍ਰੇਸ਼ਟ ਕਰਮਾਂ ਵਿੱਚੋਂ ਸ਼੍ਰੋਮਣੀ ਸ੍ਰੇਸ਼ਟ ਕਰਮ ਹੈ ਤੇ ਨਿਰਮਲ ਕਰਮ ਹੈ ਇਹ ਜਿਹੜਾ ਨਾਮ ਹੈ ਇਹ ਸ੍ਰੇਸ਼ਟ ਅਤੇ ਨਿਰਮਲ ਕਰਮ ਹੈ ਤੁਹਾਡੇ ਬੜੇ ਪਿਆਰੇ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਹਨ ਨਾਮਵਰ ਉਹਨਾਂ ਦਾ ਵੀ ਕਿਤਾਬਾਂ ਵਿੱਚ ਬਚਨ ਹੈ ਉਹਨਾਂ ਦੀ ਕਿਤਾਬ ਵਿੱਚ ਲਿਖਿਆ ਹੈ ਕਿ ਜਿਸ ਦੇ ਪੱਲੇ ਨਾਮ ਹੋਵੇ ਉਸ ਉੱਪਰ ਵਿਕਾਰ ਤੇ ਮਾਇਆ ਦਾ ਜ਼ਹਿਰ ਅਸਰ ਨਹੀਂ ਕਰਦਾ ਬਹੁਤ ਧਿਆਨ ਨਾਲ ਸੁਣਿਓ ਜਿਸ ਦੇ ਪੱਲੇ ਨਾਮ ਹੋਵੇ ਉਸ ਉੱਤੇ ਵਿਕਾਰਾਂ ਤੇ ਮਾਇਆ ਦਾ ਜ਼ਹਿਰ ਅਸਰ ਨਹੀਂ ਕਰਦਾ ਜਿਸ ਦੇ ਪੱਲੇ ਨਾਮ ਨਹੀਂ ਕਈ ਵਾਰ ਅੱਧੀ ਅੱਧੀ ਇੰਚ ਜ਼ਮੀਨ ਤੋਂ 20-20 ਸਾਲ ਕਚਹਿਰੀਆਂ ਵਿੱਚ ਕੇਸ ਭੁਗਤਦੇ ਆਂ ਜਿੰਦਗੀ ਲੰਘ ਜਾਂਦੀ ਹੈ ਲੜਾਈਆਂ ਪੈ ਜਾਂਦੀਆਂ ਹਨ ਇਹ ਕੀ ਹੈ ਮਾਇਆ ਦਾ ਜ਼ਹਿਰ ਆ ਗਿਆ ਉਸ ਨੂੰ ਲੈ ਕੇ 20 ਸਾਲ ਆਪਣੀ ਆਤਮਿਕ ਤਰੱਕੀ ਰੋਕ ਦਿੱਤੀ ਤੇ ਜਿੱਥੇ ਨਾਮ ਹੋਵੇ ਉੱਥੇ ਭਗਤ ਨਾਮਦੇਵ ਜੀ ਦਾ ਕਿਹੜਾ ਸ਼ਬਦ ਹੈ ਗਹਿਰੀ ਕਰਕੇ ਨੀਬ ਖੋਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਦਖਾਈ ਜਿੰਤ੍ਰਣ ਤਰ ਮੂੰਡ ਬਲਾਏ ਇਹ ਸ਼ਬਦ ਭਗਤ ਨਾਮਦੇਵ ਜੀ ਦੇ ਹਨ ਤੇ ਉਹ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਧਰਤੀਆਂ ਤੇ ਡੂੰਘੀਆਂ ਡੂੰਘੀਆਂ ਨੀਹਾਂ ਕੱਢੀਆਂ ਉਹ ਵੀ ਚਲੇ ਗਏ ਹਮਰੋ ਕਰਤਾ ਨਾਮ ਸਨੇਹੀ ਕਾਹੇ ਰੇ ਨਰ ਗਰਭ ਕਰਤੋ ਬਿਨਸ ਜਾਏ ਝੂਠੀ ਦੇਹ ਇਹ ਭਾਈ ਪਿੰਦਰਪਾਲ ਸਿੰਘ ਜੀ ਦਾ ਕਿਤਾਬਾਂ ਵਿੱਚੋਂ ਭਜਨ ਹੈ ਜਿਸਦੇ ਪੱਲੇ ਨਾਮ ਹੋਵੇਗਾ ਉਸ ਉੱਤੇ ਵਿਕਾਰ ਤੇ ਮਾਇਆ ਦਾ ਇਹ ਜ਼ਹਿਰ ਅਸਰ ਨਹੀਂ ਕਰੇਗਾ ਨਿੱਕੀ ਨਿੱਕੀ ਗੱਲ ਪਿੱਛੇ ਆਪਣੇ ਵਿਕਾਸ ਨੂੰ ਨਹੀਂ ਰੋਕੇਗਾ ਦਾਸ ਇਸ ਦਾ ਕੀ ਸਵਾਦ ਦੱਸੇ ਫਿਰ ਇੱਥੇ ਟਾਈਮ ਲੱਗ ਜਾਵੇਗਾ ਕਿਸੇ ਦਾ 10000 ਤੁਹਾਡੇ ਕੋਲ ਆ ਗਿਆ 5000 ਤੁਹਾਡੇ ਕੋਲ ਆ ਗਿਆ ਉਸ ਨੂੰ ਨਹੀਂ ਪਤਾ ਤੇ ਜੇ ਤੁਹਾਡੇ ਕੋਲ ਨਾਮ ਨਹੀਂ ਕਿ ਬੰਦੇ ਦੇ ਮਨ ਵਿੱਚ ਵਿਚਾਰ ਬਣਨਗੇ ਕਿ ਜੇ ਉਹ ਭੁੱਲਿਆ ਤਾਂ ਭੁੱਲਿਆ ਹੀ ਰਹੇ ਜੇ 10000 ਜਾਂ 5000 ਲੈਣਾ ਭੁੱਲ ਗਿਆ ਜਾਂ ਫਲਾਣੀ ਚੀਜ਼ ਲੈਣੀ ਭੁੱਲ ਗਿਆ ਪੈਸਾ ਲੈਣਾ ਭੁੱਲ ਗਿਆ ਤੇ ਭੁੱਲਿਆ ਰਵੇ ਇਹ ਮਾਇਆ ਦਾ ਜ਼ਹਿਰ ਜਿਹੜਾ ਕਿ ਪੱਲੇ ਨਾਮ ਨਾ ਹੋਣ ਕਰਕੇ ਅਸਰ ਕਰ ਗਿਆ ਹੱਕ ਮਾਰਨ ਤੇ ਦਿਲ ਕਰਨ ਲੱਗ ਪਿਆ ਦਾਸ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੇਨਤੀ ਕਰਦਾ ਕਿ ਜਿਸ ਦੇ ਪੱਲੇ ਨਾਮ ਹੈ ਤੇ ਇਸ ਤਰ੍ਹਾਂ ਕਿਸੇ ਦੇ ਕਿਸੇ ਦਾ ਹਿੱਸਾ ਤੁਹਾਡੇ ਕੋਲ ਵੀ ਆ ਜਾਵੇਗਾ ਤੇ ਜਾ ਕੇ ਆਪ ਮੋੜੇਗਾ ਇਹ ਤੇਰਾ ਹਿੱਸਾ ਮੇਰੇ ਵੱਲ ਆ ਗਿਆ ਬਈ ਜਿੱਥੇ ਨਾਮ ਹੈ ਸਾਡੇ ਇੱਕ ਸਾਥੀ ਦਾ ਕਰਾਕਾਰੀ ਸਾਡੇ ਇੱਕ ਸਾਥੀ ਦਾ ਕਰੋਕਰੀ ਦਾ ਕੰਮ ਹੈ ਕੁਝ ਸਾਲਾਂ ਦੀ ਗੱਲ ਹੈ ਦੀਵਾਲੀ ਲੰਗੀ ਸੀ ਅਸੀਂ ਕੀਰਤਨ ਕਰਨ ਵਾਸਤੇ ਟ੍ਰੇਨ ਵਿੱਚ ਜਾ ਰਹੇ ਸੀ ਉਹ ਵੀ ਨਾਲ ਸੀ ਟ੍ਰੇਨ ਵਿੱਚ ਸਾਰੇ ਕੀਰਤੀ ਸਿੰਘ ਸਾਂ ਸਾਰੇ ਆਪੋ ਆਪਣੀ ਕਿਰਤ ਕਰਦੇ ਹਨ ਕਹਿਣ ਲੱਗਾ ਕਿ ਮੈਂ ਉੱਪਰ ਵਾਲੀ ਸੀਟ ਤੇ ਬੈਠ ਕੇ ਦੀਵਾਲੀ ਦੇ ਰੁਕੇ ਰੁਕੇ ਸੋਧ ਲਵਾਂ ਦੀਵਾਲੀ ਤੇ ਮਾਲ ਆਉਂਦਾ ਹੈ ਕਰੋਕਰੀ ਦਾ ਕੰਮ ਸੀ ਲੋਕੀ ਗਿਫਟ ਦਿੰਦੇ ਹਨ ਇੱਕ ਦੂਜੇ ਨੂੰ ਕਹਿਣ ਲੱਗਾ ਕਿ ਮੈਂ ਰੁੱਕੇ ਸੋਧ ਲਮਾ ਦਾਸ ਨੇ ਕਿਹਾ ਕਿ ਸੋਧ ਲੈ ਉਤਲੀ ਸੀੜ ਤੇ ਰੁੱਕੇ ਸੋਧ ਰਿਹਾ ਸੀ ਰੁੱਕੇ ਸੋਧਦੇ ਆ ਸੋਧ ਨੇ ਉੱਤੋਂ ਆਵਾਜ਼ ਆਈ ਖਟਿਆ ਹੈ ਦਾਸ ਨੇ ਥੱਲੇ ਪੁੱਛਿਆ ਕੀ ਖਟਿਆ ਕਹਿਣ ਲੱਗਾ ਦੀਵਾਲੀ ਦੇ ਰੁੱਕੇ ਸੋਧ ਦਾ ਪਿਆ ਹਾਂ ਸਮਾਨ ਦੇ ਤੇ ਕਿਸੇ ਦੁਕਾਨਦਾਰ ਕੋਲੋਂ ਜੋੜ ਵਿੱਚ 2000 ਰੁਪਏ ਵੱਧ ਲੱਗੇ ਹਨ ਤੇ ਜਦੋਂ ਅੰਮ੍ਰਿਤਸਰ ਵਾਪਸ ਜਾਵਾਂਗਾ ਤੇ ਉਹ ਪੈਸੇ ਉਸ ਤੋਂ ਵਾਪਸ ਲਮਾਂਗਾ ਮੁਖ ਵਿੱਚ ਆ ਗਿਆ ਖਟਿਆ ਹੈ ਅੱਧੇ ਘੰਟੇ ਬਾਅਦ ਥੱਲੇ ਆਇਆ ਤੇ ਦਾਸ ਨੇ ਵੈਸੇ ਕਿਹਾ ਕਿ ਅਗਲੇ ਸਟੇਸ਼ਨ ਤੇ ਜੇ ਕੁਝ ਚਾਹ ਪਾਣੀ ਛਕਣਾ ਹੋਵੇ ਤੇ ਬਿੱਲ ਤੂੰ ਦੇਣਾ ਹੈ ਕਹਿਣ ਲੱਗਾ ਕਿ ਕਿਉਂ ਦਾਸ ਨੇ ਕਿਹਾ ਕਿ ਤੂੰ 2000 ਖੱਟਿਆ ਹੈ ਦੁਕਾਨਦਾਰ ਕੋਲੋਂ ਵੱਧ ਲੱਗਾ ਹੈ ਤੇ ਤੂੰ ਹੁਣ ਵਾਪਸ ਲਵੇਂਗਾ ਨਾ ਦਾਸ ਨੂੰ ਭੋਲੇ ਭਾ ਕਹਿੰਦਾ ਕਿ 2000 ਨਹੀਂ ਖੱਟਿਆ 1000 ਖੱਟਿਆ ਦਾਸ ਨੇ ਕਿਹਾ ਕਿ ਇਹ ਕਿਉਂ ਕਹਿਣ ਲੱਗਾ ਇੱਕ ਦੁਕਾਨਦਾਰ ਨੇ ਜੋੜ ਵਿੱਚ 1000 ਰੁਪਏ ਘੱਟ ਲਗਾਇਆ ਉਹ ਆਪ ਮੈਂ ਉਸਦੀ ਹੱਟੀ ਤੇ ਜਾ ਕੇ ਵਾਪਸ ਦੇਣੇ ਹਨ ਕਿ ਤੇਰੇ ਕੋਲ ਘੱਟ ਲੱਗਾ ਇਹ ਵੱਡੀ ਗੱਲ ਹੈ ਜੇ ਪੱਲੇ ਨਾਮ ਨਾ ਹੋਵੇ ਤੇ ਗਲਤੀ ਨਾਲ ਕਿਸੇ ਦੁਕਾਨਦਾਰ ਕੋਲੋਂ ਘੱਟ ਲੱਗ ਗਿਆ ਤੇ ਉਸ ਨੂੰ ਉਦੋਂ ਪੈਸੇ ਵਾਪਸ ਕਰਨ ਦੀ ਜਗ੍ਹਾ ਮਨ ਵਿੱਚ ਆਵੇਗਾ ਕਿ ਚੁੱਪ ਰਹੁ ਪਰ ਜੇ ਨਾਮ ਹੋਵੇ ਤੇ ਫਿਰ ਇਹ ਜਹਿਰ ਅਸਰ ਨਹੀਂ ਕਰਦੀ ਦਾਸ ਨੇ ਫਿਰ ਇੱਕ ਗੱਲ ਕਹੀ ਜਿਸ ਦੁਕਾਨਦਾਰ ਦੇ ਪੈਸੇ ਮੋੜਨੇ ਹਨ ਉਹ Hindu ਵੀਰ ਹੈ ਜਦੋਂ ਤੂੰ ਮੋੜਨ ਜਾਵੇਂਗਾ 100 100 ਦੇ 10 ਨੋਟ ਉਸ ਦੇ ਹੱਥ ਵਿੱਚ ਦੇਵੇਂਗਾ ਤੇ ਉਸ ਨੂੰ ਜਦੋਂ ਕਹੇਗਾ ਕਿ ਤੇਰੇ ਕੋਲੋਂ 1000 ਰੁਪਏ ਜੋੜ ਵਿੱਚ ਘੱਟ ਲੱਗ ਗਿਆ ਮੈਂ ਦੇਣ ਆਇਆ ਹਾਂ ਦਾਸ ਨੇ ਕਿਹਾ ਕਿ ਉਸ ਦਾ ਸਿਰ ਤੇਰਾ ਸ਼ੁਕਰਾਨਾ ਬਾਅਦ ਵਿੱਚ ਕਰੇਗਾ ਪਹਿਲਾਂ ਕਲ ਕੀ ਤਰਪਿਤਾ ਜਿਹਦੇ ਚਰਨਾਂ ਵਿੱਚ ਝੁਕੇਗਾ ਕਿ ਗੁਰੂ ਦੇ ਸਿੱਖ ਇਹੋ ਜਿਹੇ ਹੁੰਦੇ ਨੇ ਇਹ ਕਿਸੇ ਦਾ ਹੱਕ ਵਾਪਸ ਦੇਣ ਜਾਂਦੇ ਹਨ ਧਿਆਨ ਦੇਣਾ ਕਿ ਗੁਰੂ ਦੇ ਸਿੱਖ ਦਾ ਜੀਵਨ ਇੰਨਾ ਉੱਚਾ ਹੋਵੇ ਕਿ ਉਸ ਦੇ ਜੀਵਨ ਵਿੱਚੋਂ ਸਾਧ ਸੰਗਤ ਜੀ ਇਹੋ ਜੀ ਖੁਸ਼ੂ ਆਵੇ ਕਿ ਵਾਹਿਗ ਸਤਗੁਰੂ ਜੀ ਦੇ ਸਤਕਾਰ ਵਿੱਚ ਬਾਦਦਾ ਹੋ ਜਾਵੇ ਜੀਵਨ ਉੱਚਾ ਹੋਵੇਗਾ ਲੋਕ ਕਹਿਣਗੇ ਕਿ ਇਸ ਦਾ ਗੁਰੂ ਧਨ ਹੈ ਜਿਸ ਨੇ ਇਸ ਨੂੰ ਇਹ ਪਾਠ ਸਿਖਾਇਆ ਹੱਕ ਪਰਾਇਆ ਨਾਨਕ ਉਸ ਸੂਆ ਰਸ ਗਾਇ ਗੱਲ ਸਮਝਣਾ ਭਾਈ ਪਿੰਦਰਪਾਲ ਸਿੰਘ ਜੀ ਨਾਮ ਮਹਿਮਾ ਬਾਰੇ ਬਚਨ ਕਰਦੇ ਹਨ ਕਿ ਜਿਸ ਦੇ ਪੱਲੇ ਨਾਮ ਹੋਵੇਗਾ ਉਸ ਤੇ ਵਿਕਾਰਾਂ ਤੇ ਮਾਇਆ ਦਾ ਜ਼ਹਿਰ ਅਸਰ ਨਹੀਂ ਕਰਦਾ ਨਾਮ ਦੀ ਮਹਿਮਾ ਬਾਰੇ ਭਾਈ ਪਿੰਦਰਪਾਲ ਸਿੰਘ ਜੀ ਇੱਕ ਹੋਰ ਬਚਨ ਲਿਖਦੇ ਹਨ ਕਿ ਤੋਤਾ ਪਿੰਜਰੇ ਵਿੱਚ ਹੋਵੇ ਤੇ ਉਸ ਨੂੰ ਬਿੱਲਾ ਖਾ ਨਹੀਂ ਸਕਦਾ ਇਸੇ ਤਰ੍ਹਾਂ ਸਿੱਖ ਦੇ ਆਸੇ ਪਾਸੇ ਨਾਮ ਰੂਪੀ ਪਿੰਜਰਾ ਹੋਵੇ ਜਮਾ ਦਾ ਕਾਲ ਰੂਪੀ ਬਿੱਲਾ ਉਸ ਦੇ ਨੇੜੇ ਨਹੀਂ ਆ ਸਕਦਾ ਇੱਕ ਅਗਲਾ ਵਚਨ ਮਹਾਪੁਰਸ਼ਾਂ ਦਾ ਕਿ ਸਾਨੂੰ ਨਾਮ ਜਪਣ ਨੂੰ ਚੌ ਪੈਦਾ ਹੋਵੇ ਅਗਲਾ ਵਚਨ ਹੈ ਜਿੱਥੇ ਕੋਈ ਨਹੀਂ ਪਹੁੰਚਦਾ ਸਕੇ ਤੋਂ ਸਕਾ ਵੀ ਨਹੀਂ ਪਹੁੰਚਦਾ ਉਥੇ ਸਾ ਸੰਗਤ ਜੀ ਨਾਮ ਪਹੁੰਚਦਾ ਹੈ ਜਿੱਥੇ ਕੋਈ ਰਿਸ਼ਤੇਦਾਰ ਸਾਥ ਸੰਬੰਧੀ ਨਹੀਂ ਪਹੁੰਚਦਾ ਉਥੇ ਨਾਮ ਪਹੁੰਚਦਾ ਹੈ ਨਾਮ ਦੀ ਮਹਿਮਾ ਤੇ ਸਤਿਗੁਰੂ ਜੀ ਨੇ ਇਸ ਲਈ ਸੇਵਾ ਲਈ ਹੈ ਤਾਂ ਕਿ ਨਾਮ ਜਪਣ ਲਈ ਸਾਡੇ ਅੰਦਰ ਜੋ ਪੈਦਾ ਹੋ ਜਾਵੇ ਇੱਕ ਵਾਰੀ ਸਾਰੀ ਸੰਗਤ ਅਰਲਾ ਪਾਇਓ ਜੀ ਕਰ ਕਿਰਪਾ ਦੇਵੋ ਹਰਨਾਮ ਰੋਮ ਰੋਮ ਦਾ ਜਾਪ ਸਿਮਰਨ ਦੀ ਅੱਠਵੀਂ ਅਵਸਥਾ ਹੈ ਕਿ ਸਿਮਰਨ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਦਾਸ ਇੱਥੇ ਬੇਨਤੀ ਕਰ ਰਿਹਾ ਕਿਸੇ ਨੂੰ ਬਹਿਮ ਆ ਜਾਵੇ ਕਿ ਰਸਨਾ ਤਾਂ ਜਪਦੀ ਹੈ ਪਰ ਇਹ ਰੋਮ ਕਿੱਥੋਂ ਜਪਣਗੇ ਇਸ ਕਰਕੇ ਦਾਸ ਦਾ ਦਿਲ ਕਰਦਾ ਹੈ ਕਿ ਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਵਿੱਚੋਂ ਮੋਹਰ ਲਗਾ ਲਈਏ ਜਦੋਂ ਗੁਰਬਾਣੀ ਵਿੱਚ ਇਹ ਪੰਕਤੀ ਆ ਜਾਵੇ ਉਸ ਨੂੰ ਫਿਰ ਕੋਈ ਕੱਟ ਨਹੀਂ ਸਕਦਾ ਕੀ ਇਹ ਅਵਸਥਾ ਹੈ ਕਿ ਨਹੀਂ ਪਿਛਲੀ ਵਾਰ ਜਦੋਂ 7ਵੀਂ ਅਵਸਥਾ ਸੁਣੀ ਸੀ ਅਨਹਦ ਨਾਦ ਦੀ ਤੇ ਉਸ ਦੀ ਵੀ ਗਰਵਾਣੀ ਵਿੱਚੋਂ ਮੋਹਰ ਲਗਾਈ ਸੀ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਬਜਾਏ ਰੋਮ ਰੋਮ ਦੀ ਅਵਸਥਾ ਬਾਰੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮੋਹਰ ਲਗਾ ਲਓ ਜੀ ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਚ ਸਮਾਵੈ ਸੰਤ ਅਦਰ ਸਿੰਘ ਜੀ ਮਸਤੂਆਣੇ ਵਾਲੇ ਮਹਾਪੁਰਸ਼ ਕਦੀ ਉਹਨਾਂ ਦੀ ਕਿਤਾਬ ਲਿਆ ਕੇ ਪੜ੍ਹਨੀ ਹੋਵੇ ਉਹਨਾਂ ਦੀ ਕਿਤਾਬ ਹੈ ਵਿਸ਼ਵ ਸ਼ਾਂਤੀ ਇਸ ਅਵਸਥਾ ਬਾਰੇ ਉਸ ਕਿਤਾਬ ਵਿੱਚ ਬਚਨ ਹੈ ਉਹਨਾਂ ਦੀ ਕਿਤਾਬ ਵਿੱਚ ਲਿਖਿਆ ਕਿ ਸ਼ਬਦ ਤੇ ਸੁਰਤ ਜਦੋਂ ਇੱਕ ਹੋ ਜਾਂਦੇ ਹਨ ਤੇ ਪ੍ਰਾਣੀ ਦਾ ਰੋਮ ਰੋਮ ਸਹਿਜੇ ਹੀ ਨਾਮ ਜਪੀ ਜਾਂਦਾ ਹੈ ਇਸ ਨੂੰ ਪਰਾ ਅਵਸਥਾ ਕਹਿੰਦੇ ਹਨ ਮੁੱਖ ਤੌਰ ਤੇ ਕੁੱਲ ਚਾਰ ਅਵਸਥਾ ਹਨ ਬੈਥਰੀ ਮੱਧਮਾ ਪਸੰਤੀ ਤੇ ਪਰਾ ਇਹ ਪਰਾ ਅਖੀਰਲੀ ਅਵਸਥਾ ਹੈ ਇੱਕ ਅੱディ ਅਵਸਥਾ ਹੋਰ ਆਪ ਜੀ ਨਾਲ ਸਾਂਝੀ ਹੋਵੇਗੀ ਆਤਮ ਮਾਰਗ ਰਸਾਲਾ ਸ਼ਬਦ ਹੈ ਸੰਤ ਬ੍ਰਿਯਾਮ ਸਿੰਘ ਜਿਤਵਾੜੇ ਵਾਲੇ ਮਹਾਪੁਰਸ਼ਾਂ ਦਾ ਉਸ ਵਿੱਚ ਵੀ ਇਸ ਅਵਸਥਾ ਦਾ ਜ਼ਿਕਰ ਕੀਤਾ ਹੈ ਉਸ ਵਿੱਚ ਲਿਖਿਆ ਕਿ ਅਨਹਦ ਨਾਦ ਦੇ ਰਸ ਤੋਂ ਬਾਅਦ ਜਦੋਂ ਨਾਮ ਤਰੱਕੀ ਕਰਦਾ ਹੈ ਨਾਮ ਵੀ ਤਰੱਕੀ ਕਰਦਾ ਸੰਗਤ ਜੀ ਅਨਹਦ ਨਾਦ ਦੇ ਰਸ ਤੋਂ ਬਾਅਦ ਜਦੋਂ ਨਾਮ ਤਰੱਕੀ ਕਰਦਾ ਹੈ ਤੇ ਰੋਮ-ਰੋਮ ਵਿੱਚ ਪਹੁੰਚ ਜਾਂਦਾ ਹੈ ਇਹ ਉਹਨਾਂ ਦਾ ਬਚਨ ਹੈ ਪਾਈ ਹਰਪਜਨ ਸਿੰਘ ਜੀ ਸੋਢੀ ਕਿਤਾਬ ਦਾ ਨਾਮ ਹੈ ਭਜਨ ਬੰਦਗੀ ਦਾ ਪ੍ਰਤਪ ਉਹ ਵੀ ਬੜੀ ਅਵਸਥਾ ਵਾਲੇ ਸਨ ਉਹਨਾਂ ਦਾ 8ਵੀਂ ਅਵਸਥਾ ਬਾਰੇ ਜ਼ਿਕਰ ਹੈ ਕਹਿੰਦੇ ਸਰੀਰ ਤੇ 7 ਕਰੋੜ ਰੋਮ ਹਨ ਸਰੀਰ ਦੇ 7 ਕਰੋੜ ਰੋਮ ਹਨ ਜਿਸ ਨੂੰ ਰੋਮ ਰੋਮ ਸਿਮਰਨ ਦੀ ਅਵਸਥਾ ਮਿਲ ਜਾਵੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹਰ ਰੋਮ ਖੇੜੇ ਵਿੱਚ ਖੜਾ ਹੋ ਜਾਂਦਾ ਹੈ ਉਹਨਾਂ ਦਾ ਬਚਨ ਹੈ ਕਿ ਭਜਨ ਬੰਦਗੀ ਦਾ ਪ੍ਰਤਾਪ ਸਰੀਰ ਦੇ 7 ਕਰੋੜ ਰੋਮ ਹਨ ਪੈਰ ਦੇ ਅੰਗੂਠੇ ਤੋਂ ਸਰੀਰ ਦੀ ਚੋਟੀ ਤੱਕ ਇੱਕਦਮ ਸਾਰੇ ਰੋਮ ਖੜੇ ਹੋ ਜਾਂਦੇ ਹਨ ਤੇ ਕਹਿੰਦੇ ਜਦੋਂ ਸਾਰੇ ਰੋਮ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਤੇ ਉਸ ਸਮੇਂ ਸਵਾਦ ਹੀ ਸਵਾਦ ਤੇ ਰਸ ਹੀ ਰਸ ਹੁੰਦਾ ਹੈ ਇਹ ਉਹਨਾਂ ਦਾ ਬਚਨ ਹੈ ਸਰਦਾਰਾ ਸਿੰਘ ਜੀ ਹੋਏ ਨੇ ਨਾਮ ਸਾਧਨਾ ਉਹਨਾਂ ਦੀ ਕਿਤਾਬ ਦਾ ਨਾਮ ਹੈ ਅੱਠਵੀਂ ਅਵਸਥਾ ਬਾਰੇ ਉਹਨਾਂ ਨੇ ਕਿਹਾ ਕਿ ਕਦੀ ਤੁਸੀਂ ਫੁਹਾਰਾ ਚੱਲਦਾ ਵੇਖਿਆ ਹੋਵੇ ਥੱਲਿਓਂ ਪਾਣੀ ਆਉਂਦਾ ਤੇ ਉੱਤੇ ਜਾ ਕੇ ਖਿੱਲਰ ਜਾਂਦਾ ਕਿੰਨਾ ਪਿਆਰਾ ਲੱਗਦਾ ਜਦੋਂ ਖਿੱਲਰਦਾ ਉੱਤੇ ਜਾ ਕੇ ਕਹਿੰਦੇ ਜਦੋਂ ਫੁਹਾਰਾ ਚੱਲਦਾ ਹੈ ਤੇ ਉੱਪਰ ਜਾ ਕੇ ਪਾਣੀ ਸਾਰੇ ਪਾਸੇ ਫੈਲ ਜਾਂਦਾ ਤੇ ਮੇ ਇਹ ਰੋਮ ਰੋਮ ਅਵਸਥਾ ਵਿੱਚ ਸਿਮਰਨ ਦੀ ਪੁਹਾਰ ਹਿਰਦੇ ਵਿੱਚੋਂ ਨਿਕਲਦੀ ਹੈ ਤੇ ਸਾਰੇ ਸਰੀਰ ਦੇ ਰੋਮ ਰੋਮ ਵਿੱਚ ਫੈਲ ਜਾਂਦੀ ਹੈ ਤੇ ਬੰਦੇ ਦਾ ਸਾਰਾ ਅੰਦਰ ਅਨੰਦਿਤ ਹੋ ਜਾਂਦਾ ਹੈ ਇਹ ਚੀਜ਼ਾਂ ਸੁਣੀਆਂ ਹੋਣ ਪਤਾ ਹੋਵੇ ਕਿਹੜੇ ਵੇਲੇ ਕਿਸ ਦਾ ਤਰਲਾ ਪਹੁੰਚ ਜਾਵੇ ਰੋਮ ਰੋਮ ਰਵਿਆ ਹਰ ਨਾਮ ਰੋਮ ਰੋਮ ਰਵਿਆ ਹਰ ਨਾਮ ਸਤਿਗੁਰ ਪੂਰੇ ਕੀਨਿ ਕਿਨੋਂਦਾਨ ਵੇਖੋ ਬਾਣੀ ਕਹਿ ਰਹੀ ਹੈ ਰੋਮ ਰੋਮ ਰਵਿਆ ਹਰ ਨਾਮ ਸਤਿਗੁਰ ਪੂਰੇ ਕੀ ਨੋਦਾਨ ਇੱਕ ਰਸਾਲਾ ਆਤਮ ਮਾਰਗ ਰਤਵਾੜੇ ਵਾਲੇ ਮਹਾਪੁਰਸ਼ਾਂ ਵੱਲੋਂ ਛਪਦਾ ਉਸ ਵਿੱਚ ਇੱਕ ਪੈਰਾ ਦਿੱਤਾ ਹੈ ਗੱਲ ਸ਼ਾਇਦ ਖੁੱਲ ਜਾਵੇਗੀ ਸੰਤ ਸੁੰਦਰ ਸਿੰਘ ਭਿੰਡਰਾਵਾਲੇ ਮਹਾਪੁਰਸ਼ ਹੋਏ ਹਨ ਬਹੁਤ ਕਮਾਈ ਸੀ ਬਿਮਾਰ ਹੋ ਗਏ ਇੱਕ ਵਾਰ ਸੰਤ ਸੁੰਦਰ ਸਿੰਘ ਭਿੰਡਰਾਵਾਲੇ ਮਹਾਪੁਰਸ਼ ਢਿੱਲੇ ਹੋ ਗਏ ਬਿਮਾਰ ਹੋ ਗਏ ਰਸਾਲੇ ਵਿੱਚ ਲਿਖਿਆ ਕਿ ਡਾਕਟਰ ਵੇਖਣ ਆਇਆ ਡਾਕਟਰ ਦਾ ਨਾਮ ਲਿਖਿਆ ਦੀਵਾਨ ਸਿੰਘ ਜਿਹੜਾ ਵੇਖਣ ਆਇਆ ਇਹ ਗੱਲ ਦਾਸ ਦੇ ਖਿਆਲ ਵਿੱਚ ਤਕਰੀਬਨ 50-60 ਸਾਲ ਪਹਿਲਾਂ ਦੀ ਹੋਵੇਗੀ ਉਸ ਤੋਂ ਬਾਅਦ ਉਸ ਟਕਸਾਲ ਵਿੱਚ ਕਿੰਨੀਆਂ ਪਵਿੱਤਰ ਰੂਹਾਂ ਨੇ ਸੇਵਾ ਨਿਭਾਈ ਹੁਣ ਹੋ ਸਕਦਾ ਹੈ ਡਾਕਟਰਾਂ ਦੇ ਹੋਰ ਸਾਧਨ ਨਿਕਲ ਆਏ ਹੁਣ ਪਰ ਉਸ ਸਮੇਂ ਕੰਨਾਂ ਵਿੱਚ ਟੂਟੀ ਲਗਾ ਕੇ ਵੇਖਦੇ ਸੀ ਦੀਵਾਨ ਸਿੰਘ ਆਇਆ ਹੈ ਡਾਕਟਰ ਦਾ ਨਾਮ ਹੈ ਸੰਤ ਬ੍ਰਿਹਾਮ ਸਾਹਾ ਪੁਰਸ਼ਾ ਨੇ ਉਹ ਸਮਾਂ ਲਿਖਿਆ ਉਹਨਾਂ ਨੇ ਲਿਖਿਆ ਕਿ ਡਾਕਟਰ ਦੀਵਾਨ ਸਿੰਘ ਨੇ ਸੰਤ ਸੁੰਦਰ ਸਿੰਘ ਪੰਡਰਾਵਾਲਿਆਂ ਦੀ ਛਾਤੀ ਤੇ ਟੂਟੀ ਲਗਾਈ ਉਸ ਤੋਂ ਬਾਅਦ ਲਿਖਿਆ ਕਿ ਪੇਟ ਤੇ ਲਗਾਈ ਪੰਜ ਜਗ੍ਹਾ ਲਿਖੀਆਂ ਨੇ ਪੇਟ ਤੇ ਲਗਾਉਣਾ ਪੇਟ ਤੇ ਲਗਾਉਣ ਤੋਂ ਬਾਅਦ ਵੀ ਡਾਕਟਰ ਨੂੰ ਕੋਈ ਸਮਝ ਨਾ ਲੱਗੇ ਉਹ ਟੂਟੀ ਫਿਰ ਲੱਤਾਂ ਤੇ ਲਗਾਈ ਲੱਤਾਂ ਤੇ ਲਗਾਉਣ ਤੋਂ ਬਾਅਦ ਚੌਥੀ ਜਗ੍ਹਾ ਲਿਖੀ ਕਿ ਪੈਰਾਂ ਤੇ ਲਗਾਈ ਪੈਰਾਂ ਤੇ ਲਗਾਉਣ ਤੋਂ ਬਾਅਦ ਵੀ ਉਸ ਨੂੰ ਕੁਝ ਨਾ ਪਤਾ ਲੱਗਾ ਤੇ ਟੂਟੀ ਡਾਕਟਰ ਦੀਵਾਨ ਸਿੰਘ ਨੇ ਸੰਤ ਸੁੰਦਰ ਸਿੰਘ ਜੀ ਢੰਡਰਾ ਵਾਲੇ ਮਹਾਪੁਰਸ਼ਾਂ ਦੇ ਮੱਥੇ ਤੇ ਲਗਾਈ ਇਹ ਪੰਜ ਜਗ੍ਹਾ ਛਾਤੀ ਤੇ ਪੇਟ ਤੇ ਲੱਤਾਂ ਤੇ ਪੈਰਾਂ ਤੇ ਅਤੇ ਮੱਥੇ ਤੇ ਟੂਟੀ ਲਗਾਈ ਤੇ ਸੰਤ ਸੁੰਦਰ ਸਿੰਘ ਜੀ ਪਿੰਡਰਾ ਵਾਲੇ ਮਹਾਪੁਰਸ਼ ਲੰਮੇ ਪਏ ਲੰਮੇ ਪਏ ਪੇ ਕਹਿਣ ਕਹਿੰਦੇ ਕੀ ਕਰ ਰਹੇ ਆ ਕਦੀ ਟੁੱਟੀ ਛਾਤੀ ਤੇ ਕਦੀ ਪੇਟ ਤੇ ਕਦੀ ਮੱਥੇ ਤੇ ਕੀ ਕਰ ਕੀ ਰਿਹਾ ਡਾਕਟਰ ਕਹਿਣ ਲੱਗਾ ਕਿ ਬਿਮਾਰੀ ਲੱਭ ਰਿਹਾ ਤੁਸੀਂ ਢਿੱਲੇ ਹੋ ਮੈਂ ਬਿਮਾਰੀ ਲੱਭ ਰਿਹਾ ਕਹਿਣ ਲੱਗੇ ਠੀਕ ਹੈ ਲੱਭ ਉਸਨੇ ਦੁਬਾਰਾ ਫਿਰ ਛਾਤੀ ਤੇ ਫਿਰ ਪੇਟ ਤੇ ਫਿਰ ਲੱਤਾਂ ਤੇ ਫਿਰ ਪੈਰਾਂ ਤੇ ਫਿਰ ਮੱਥੇ ਤੇ ਟੁੱਟੀ ਲਗਾਈ ਡਾਕਟਰ ਦੇ ਮੁੱਖ ਦੇ ਲਫ਼ਜ਼ ਸੀ ਕਹਿਣ ਲੱਗਾ ਮਹਾਪੁਰਸ਼ੋ ਮੈਂ ਸੱਚ ਕਹਿ ਰਿਹਾ ਹਾਂ ਬਿਮਾਰੀ ਕਿੱਥੋਂ ਲੱਭਾ ਜਿੱਥੇ ਵੀ ਮੈਂ ਟੂਟੀ ਲਗਾ ਰਿਹਾ ਹਾਂ ਮੈਂ ਸੱਚ ਕਹਿ ਰਿਹਾ ਬਿਮਾਰੀ ਕਿੱਥੋਂ ਲੱਭਾ ਜਿੱਥੇ ਵੀ ਮੈਂ ਟੂਟੀ ਲਗਾ ਰਿਹਾ ਹਾਂ ਮੇਨ ਤੁਹਾਡੇ ਸਰੀਰ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ ਉਹਨਾਂ ਦੀ ਹੋਵੇਗੀ ਅਵਸਥਾ ਰੋਮ ਰੋਮ 'ਚ ਸਿਮਰਨ ਦੇ ਤਨ ਗੁਰੂ ਸ੍ਰੀ ਤਨਛੇ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਨੇ ਮੰਨੀ ਹੈ ਹੁਣ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ ਸਿਮਰਨ ਚੱਲ ਰਿਹਾ ਹੋਵੇਗਾ ਇਸ ਅਵਸਥਾ ਤੇ ਪਹੁੰਚੇ ਹੋਣਗੇ ਉਸ ਦੀ ਫਿਰ ਟੂਟੀ ਵਿੱਚ ਵੀ ਇਹ ਹੀ ਸੁਣਾਈ ਦੇ ਰਿਹਾ ਹੈ ਕੀ ਇਹ ਕੀ ਹੋ ਸਕਦਾ ਦਾਸ ਨੇ ਬੜਾ ਸੋਚਿਆ ਜਦੋਂ ਤੋਂ ਇਹ ਅਵਸਥਾ ਪੜੀ ਤੇ ਸੋਚਿਆ ਕਿ ਸੰਗਤ ਨੂੰ ਕੀ ਦਲੀਲ ਦਿਆਂਗਾ ਹੁਣ ਸੁਣ ਲਓ ਜੀ ਕੀ ਹੋ ਸਕਦਾ ਹੈ ਜਾਂ ਨਹੀਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕਿ ਇਹ ਹੋ ਸਕਦਾ ਬਾਣੀ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਇ ਰਾਮ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਇ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮਖ ਨਾਮ ਧਿਆਏ ਰਾਮ ਗੁਰਬਾਣੀ ਨੇ ਮੰਨਿਆ ਕਿ ਇਹ ਅਵਸਥਾ ਹੈ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮਖ ਨਾਮ ਧਿਆਏ ਰਾਮ ਕਈ ਗੱਲ ਦਾ ਗੁੱਸਾ ਕਰਦੇ ਨੇ ਪਰ ਕਹਿਣਾ ਤਾਂ ਪਵੇਗਾ ਤੇ ਜਿਹੜੀ ਰੋਮ ਰੋਮ ਅਵਸਥਾ ਹੈ ਨਾ ਹਨੂਮਾਨ ਜੀ ਵੀ ਇਸ ਅਵਸਥਾ ਤੇ ਪਹੁੰਚੇ ਸੀ ਸ੍ਰੀ ਰਾਮ ਜੀ ਦੇ ਭਗਤ ਹੋਏ ਹਨ ਅੱਜ ਕੱਲ੍ਹ ਕਈ ਤਰਤੇ ਯੋਗ ਜਾਂ ਦੁਆਪਰਯੋਗ ਦੀ ਮਾੜੀ ਜੀ ਗੱਲ ਕਹਿ ਦਿਓ ਕਈ ਫੀਲ ਕਰ ਲੈਂਦੇ ਨੇ ਭਾਈ ਮਨੀ ਸਿੰਘ ਜੀ ਦੀ ਟਕਸਾਲ ਵਿੱਚ ਵੀ ਇੱਕ ਜ਼ਿਕਰ ਹੈ ਟਕਸਾਲੀ ਕਿਤਾਬਾਂ ਵਿੱਚ ਵੀ ਜ਼ਿਕਰ ਹੈ ਜਦੋਂ ਸ਼੍ਰੀ ਰਾਮ ਜੀ ਨੇ ਰਾਵਣ ਨੂੰ ਮਾਰ ਕੇ ਲੰਕਾ ਜਿੱਤੀ ਤੇ ਲਾਲਚ ਨਹੀਂ ਕੀਤਾ ਕਿ ਮੈਂ ਰਾਜ ਕਰਾਂ ਰਾਵਣ ਦੇ ਭਰਾ ਭਵੀਸ਼ਣ ਨੇ ਭਵੀਸ਼ਣ ਨੂੰ ਰਾਜ ਦੇ ਦਿੱਤਾ ਹੁਣ ਕਈ ਕਹਿੰਦੇ ਨੇ ਕਿ ਗੱਲ ਨਾ ਸੁਣਾਓ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਕਤੀਆਂ ਦਰਜ ਹਨ ਬਾਣੀ ਦੀਆਂ ਪੰਕਤੀਆਂ ਹਨ ਕਿ ਲੰਕਾ ਦਾ ਰਾਜ ਭਵੀਸ਼ਣ ਨੂੰ ਭਵੀਸ਼ਣ ਨੂੰ ਦਿੱਤਾ ਕਈ ਸ਼ਬਦ ਆਉਂਦੇ ਹਨ ਰਾਵਣ ਦੇ ਭਰਾ ਭਵੀਸ਼ਣ ਨੂੰ ਕਿਹਾ ਕਿਤੂ ਰਾਜਕਰ ਉਸ ਦੇ ਮਨ ਵਿੱਚ ਭਾਵਨਾ ਬਣੀ ਕਿ ਮੈਂ ਵੀ ਹਾਜ਼ਰੀ ਲਗਾਵਾ ਤੇ ਲਿਖਿਆ ਕਿ ਉਸ ਨੇ ਸ਼ਰਧਾ ਭਾਵਨਾ ਨਾਲ ਬੜਾ ਵੱਡਮੁੱਲਾ ਹਾਰ ਸ੍ਰੀ ਰਾਮ ਜੀ ਨੂੰ ਭੇਟਾ ਕੀਤਾ ਸ੍ਰੀ ਰਾਮ ਜੀ ਸੋਚਦੇ ਹਨ ਇੰਨਾ ਵੱਡਮੁੱਲਾ ਹਾਰ ਸਾਨੂੰ ਦਿੱਤਾ ਹੈ ਤੇ ਕੀ ਕਰੀਏ ਤੇ ਸੀਤਾ ਜੀ ਦੇ ਗਲ ਪਾ ਦਿੱਤਾ ਤੇ ਸੀਤਾ ਜੀ ਇਹਨੂੰ ਹਾਰ ਦੇ ਦਿੰਦੇ ਹਨ ਸੀਤਾ ਜੀ ਕਹਿੰਦੇ ਕਿ ਇੰਨਾ ਵੱਡਮੁੱਲਾ ਹਾਰ ਮੈਂ ਕੀ ਕਰਾਂ ਕੋਲ ਖੜੇ ਸੀ ਹਨੂਮਾਨ ਜੀ ਅੱਗੋਂ ਸੀਤਾ ਜੀ ਕਹਿੰਦੇ ਹਨੂਮਾਨ ਤੁਸੀਂ ਉਹ ਹੋ ਜਿਹੜੇ ਦੁੱਖ ਵੇਲੇ ਵੀ ਮੇਰੇ ਪਤੀ ਪਰਮੇਸ਼ਰ ਦਾ ਆ ਕੇ ਸੁਨੇਹਾ ਦਿੰਦੇ ਸੀ ਉਹ ਦੁੱਖ ਦੀ ਘੜੀ ਜਦ ਮੈਂ ਰਾਵਣ ਦੀ ਕੈਦ ਵਿੱਚ ਸਾਂ ਤੇ ਮੇਰੇ ਪਤੀ ਪਰਮੇਸ਼ਰ ਦਾ ਤੁਸੀਂ ਆ ਕੇ ਸੁਨੇਹਾ ਦਿੰਦੇ ਸੀ ਤੇ ਮੇਰਾ ਬਲ ਵੱਧਦਾ ਸੀ ਹੌਸਲਾ ਵੱਧਦਾ ਸੀ ਸੀਤਾ ਜੀ ਕਹਿੰਦੇ ਇਹ ਕੀਮਤੀ ਮਾਲਾ ਬੇਸ਼ੁਮਾਰ ਕੀਮਤੀ ਮਾਲਾ ਹਨੂਮਾਨ ਜੀ ਮੈਂ ਖੁਸ਼ ਹੋ ਕੇ ਤੁਹਾਨੂੰ ਦਿੰਦੀ ਹਾਂ ਹਨੂਮਾਨ ਜੀ ਜੀ ਨੇ ਉਹ ਮਾਲਾ ਜਿਹੜੀ ਹੈ ਇਹ ਲਿਖਿਆ ਹੈ ਕਿ ਨੇਤਰਾਂ ਦੇ ਕੋਲ ਖੜੀ ਉਸ ਤੋਂ ਬਾਅਦ ਲਿਖਿਆ ਕਿ ਨੱਕ ਦੇ ਕੋਲ ਖੜੀ ਤੀਜਾ ਲਿਖਿਆ ਕਿ ਹਨੂਮਾਨ ਜੀ ਨੇ ਉਹ ਮਾਲਾ ਕੰਨਾਂ ਦੇ ਕੋਲ ਖੜੀ ਤਿੰਨ ਕੰਮ ਕੀਤੇ ਨੇਤਰਾਂ ਦੇ ਕੋਲ ਖੜੀ ਕੰਨ ਦੇ ਕੋਲ ਖੜੀ ਤੇ ਨੱਕ ਦੇ ਕੋਲ ਖੜੀ ਤਿੰਨੇ ਕੰਮ ਕਰਨ ਤੋਂ ਬਾਅਦ 10 ਗਜ ਦੂਰ ਜਾ ਕੇ ਬੈਠ ਗਏ ਦੋ ਪੱਥਰ ਲੈ ਲੇ ਇੱਕ ਪੱਥਰ ਥੱਲੇ ਰੱਖ ਲਿਆ ਮਾਲਾ ਦਾ ਮਣਕਾ ਉੱਤੇ ਰੱਖ ਕੇ ਪੱਥਰ ਮਾਰਿਆ ਤੋੜਿਆ ਹਾਰ ਦਾ ਦੂਜਾ ਮਣਕਾ ਲਿਆ ਉਸ ਤੇ ਪੱਥਰ ਮਾਰਿਆ ਹਾਰ ਦਾ ਤੀਜਾ ਮਣਕਾ ਉਸ ਤੇ ਪੱਥਰ ਮਾਰਿਆ ਕਰਦੇ ਕਰਦੇ ਸਾਰੇ ਹੀ ਮਣਕੇ ਇੰਨੇ ਵੱਡੇ ਬੜੇ ਮੁਲੇ ਹਾਰ ਦੇ ਤੋੜ ਦਿੱਤੇ ਤੇ ਤੋੜ ਕੇ ਲੈ ਆਏ ਸੀਤਾ ਜੀ ਨੂੰ ਪਿਆਰ ਭਰਿਆ ਗੁੱਸਾ ਆ ਗਿਆ ਹਨੂਮਾਨ ਜੀ ਇੰਨੀ ਕੀਮਤੀ ਮਾਲਾ ਭੇਟ ਕੀਤੀ ਬਭੀਸ਼ਣ ਨੇ ਤੇ ਸ੍ਰੀ ਰਾਮ ਜੀ ਨੂੰ ਦਿੱਤੀ ਉਹਨਾਂ ਨੇ ਮੈਨੂੰ ਦਿੱਤੀ ਤੇ ਮੈਂ ਤੁਹਾਨੂੰ ਦਿੱਤੀ ਤੇ ਤੁਸੀਂ ਇਹ ਕੀ ਕੀਤਾ ਇੰਨੀ ਕੀਮਤੀ ਮਾਲਾ ਪੱਥਰ ਮਾਰ ਕੇ ਤੋੜ ਦਿੱਤੀ ਤੁਸੀਂ ਐਸਾ ਕਿਉਂ ਕੀਤਾ ਸੀਤਾ ਜੀ ਕਹਿਣ ਲੱਗੇ ਕਿ ਇੰਨੀ ਕੀਮਤੀ ਮਾਲਾ ਦੀ ਤੁਸੀਂ ਕਦਰ ਨਹੀਂ ਪਾਈ ਅੱਗੋਂ ਹਨੂਮਾਨ ਜੀ ਕਹਿਣ ਲੱਗੇ ਕਿ ਮੈਂ ਕੀ ਕਿ ਮੈਂ ਅੱਖਾਂ ਖੋਲ ਅੱਖਾਂ ਕੋਲ ਖੜੀ ਐ ਹਨੂਮਨ ਜੀ ਕਹਿਣ ਲੱਗੇ ਕਿ ਕੀ ਮੈਂ ਅੱਖਾਂ ਕੋਲ ਖੜੀ ਐ ਕਿ ਇਸ ਮਾਲਾ ਵਿੱਚ ਮੇਰਾ ਰਾਮ ਹੈ ਨੱਕ ਕੋਲ ਖੜੀ ਕਿ ਰਾਮ ਦੀ ਕੋਈ ਖੁਸ਼ਬੂ ਆ ਰਹੀ ਐ ਕੰਨਾਂ ਕੋਲ ਖੜੀ ਐ ਰਾਮ ਦੀ ਆਵਾਜ਼ ਆ ਰਹੀ ਐ ਮੈਂ ਇੱਕ ਇੱਕ ਮਣਕਾ ਤੋੜ ਕੇ ਵੇਖਿਆ ਕਿ ਕੀ ਵਿੱਚ ਮੇਰਾ ਰਾਮ ਹੈ ਤੁਸੀਂ ਕਹਿੰਦੇ ਹੋ ਕਿ ਇੰਨੀ ਕੀਮਤੀ ਮਾਲਾ ਦੀ ਕਦਰ ਨਹੀਂ ਪਾਈ ਪਰ ਮੈਂ ਇਸ ਕਰਕੇ ਤੋੜ ਦਿੱਤੀ ਐ ਕਿਉਂਕਿ ਤੋੜ-ਤੋੜ ਕੇ ਵਿਚੋਂ ਰਾਮ ਲੱਭ ਰਿਹਾ ਸੀ ਪਰ ਮੈਨੂੰ ਸਾਰੀ ਮਾਲਾ ਵਿੱਚੋਂ ਸ੍ਰੀ ਰਾਮ ਨਜ਼ਰ ਨਹੀਂ ਆਇਆ। ਅੱਗੋਂ ਸੀਤਾ ਜੀ ਕਹਿੰਦੇ ਹਨ ਤੇ ਜੇ ਤੁਹਾਨੂੰ ਮਾਲਾ ਵਿੱਚੋਂ ਰਾਮ ਨਜ਼ਰ ਨਹੀਂ ਆਏ ਤੇ ਮੈਨੂੰ ਵਾਪਸ ਕਰ ਦਿੰਦੇ। ਅੱਗੋਂ ਹਨੂਮਾਨ ਜੀ ਕਹਿੰਦੇ ਮਾਤਾ ਜੀ ਜਿਹੜੀ ਚੀਜ਼ ਵਿੱਚ ਰਾਮ ਹੀ ਨਹੀਂ ਉਹ ਮੈਂ ਤੁਹਾਨੂੰ ਵੀ ਦੇ ਦਿੰਦਾ ਤੇ ਤੁਹਾਡੇ ਵੀ ਕਿਸ ਕੰਮ ਹੈ? ਜਿਸ ਵਿੱਚ ਰਾਮ ਹੀ ਨਹੀਂ ਪਰਮੇਸ਼ਰ ਨਹੀਂ ਉਹ ਕਿਸ ਕੰਮ ਹੈ? ਤੀਜਾ ਸਵਾਲ ਸੀਤਾ ਜੀ ਨੇ ਕੀਤਾ ਕਹਿਣ ਲੱਗੇ ਜਿਹੜੀ ਐਨੇ ਮਨ ਦੀ ਭਾਰੀ ਦੇਹੀ ਹੈ ਤੁਹਾਡੀ ਹਨੂਮਾਨ ਜੀ ਇਸ ਵਿੱਚ ਰਾਮ ਹੈ ਮਾਲਾ ਤੋੜ ਦਿੱਤੀ ਇਸ ਵਿੱਚ ਰਾਮ ਨਹੀਂ ਕਿ ਇਸ ਦੇਹੀ ਵਿੱਚ ਰਾਮ ਹੈ ਇਸ ਨੂੰ ਵੀ ਤੋੜ ਦਿਓ ਅੱਗੋਂ ਅੱਖਾਂ ਵਿੱਚ ਅਥਰੂ ਆ ਗਏ ਹਨੂਮਾਨ ਜੀ ਕਹਿੰਦੇ ਇਸ ਨੂੰ ਤਾਂ ਇਸ ਨੂੰ ਤਾਂ ਹੀ ਸੰਭਾਲ ਰਿਹਾ ਕਈ ਜਗ੍ਹਾ ਤੇ ਕੁਝ ਲਿਖਿਆ ਕਈ ਜਗ੍ਹਾ ਤੇ ਕੁਝ ਜਿਸ ਨੂੰ ਗੁਰਮਤ ਨਹੀਂ ਮੰਨਦੀ ਪਰ ਜਿਸ ਨੂੰ ਗੁਰਮਤ ਮੰਨਦੀ ਹੈ ਤਾਂ ਉਸ ਉਹੀ ਬੋਲੇਗਾ ਕਿਸੇ ਜਗ੍ਹਾ ਤੇ ਵੈਸੇ ਲਿਖਿਆ ਛਾਤੀ ਪਾੜ ਕੇ ਵਿਖਾਈ ਇੱਕ ਜਗ੍ਹਾ ਤੇ ਲਿਖਿਆ ਉਤਲਾ ਮਾਸ ਹੁੰਦਾ ਇਹ ਲਾ ਕੇ ਹਨੂਮਾਨ ਜੀ ਨੇ ਥਲਮਾ ਮਾਸ ਵਿਖਾਇਆ ਸਾਰੇ ਪਾਸੇ RAM ਹੀ RAM ਸੀ ਇੱਕ ਜਗ੍ਹਾ ਤੇ ਦਾਸ ਨੇ ਪੜਿਆ ਜਿਸ ਨੂੰ ਗੁਰਮਤ ਮੰਨ ਸਕਦੀ ਹੈ ਸੀਤਾ ਜੀ ਕਹਿੰਦੇ ਕਿ ਇਸ ਦੇਹੀ ਵਿੱਚ RAM ਹੈ ਜਿਹੜੀ ਇੰਨੀ ਵੱਡੀ ਦੇਹੀ ਹੈ ਹਨੂਮਾਨ ਜੀ ਕਹਿਣ ਲੱਗੇ ਕਿ ਹਾਂ ਹੈ ਹਨੂਮਾਨ ਜੀ ਨੇ ਆਖਿਆ ਸੰਤ ਸੀਤਾ ਮਾਤਾ ਜੀ ਜੇ ਮੇਰੀ ਦੇਹੀ ਵਿੱਚ RAM ਵੇਖਣਾ ਹੈ ਤੇ ਮੇਰੀ ਪਿੱਠ ਤੇ ਕੰਨ ਲਗਾਉਣਾ ਪਵੇਗਾ ਜਦੋਂ ਸੀਤਾ ਜੀ ਨੇ ਹਨੂਮਾਨ ਜੀ ਦੀ ਪਿੱਠ ਤੇ ਬਾਹ ਤੇ ਕੰਨ ਲਗਾਇਆ ਤੇ ਕੀ ਵੇਖਿਆ ਸਾਰੇ ਸਰੀਰ ਵਿੱਚੋਂ ਰਾਮ ਰਾਮ ਦੀ ਆਵਾਜ਼ ਆ ਰਹੀ ਹੈ ਇਹ ਕਿਹੜੀ ਅਵਸਥਾ ਸੀ ਹਨੂਮਾਨ ਜੀ ਦੇਵੀ ਹਨੂਮਾਨ ਜੀ ਦੇਵੀ ਰੋਮ ਰੋਮ ਵਿੱਚ ਪਰਮੇਸ਼ਰ ਦਾ ਨਾਮ ਸੀ ਇਹ ਅਵਸਥਾ ਹੈ ਗੁਰਮਖ ਰੋਮ ਰੋਮ ਹਰਤੇ ਆਵੇ ਨਾਨਕ ਗੁਰਮਖ ਸਾਚ ਸਮਾਵੇ ਤੁਸੀਂ ਇੱਕ ਨਾਂ ਸੁਣਿਆ ਹੋਵੇਗਾ ਸੁੰਦਰ ਸਿੰਘ ਸੁੰਦਰ ਸਿੰਘ ਮਜੀਠੀਆ ਇਹ ਉਸ ਟਾਈਮ ਹੋਏ ਨੇ ਜਦੋਂ ਦਰਬਾਰ ਸਾਹਿਬ ਅੰਦਰ ਲਾਈਟ ਨਹੀਂ ਸੀ ਹੁੰਦੀ ਨਮੀ ਨਮੀ ਆਈ ਸੀ ਤੇ ਉਸ ਸਮੇਂ ਵੀ ਦੋ ਧੜੇ ਬਣ ਗਏ ਸੀ ਇੱਕ ਧੜਾ ਕਹਿੰਦਾ ਸੀ ਕਿ ਅੰਦਰ ਦੀਵੇ ਹੀ ਜਗਣਗੇ ਜਿਵੇਂ ਜਗਦੇ ਹਨ ਇੱਕ ਕਹਿੰਦਾ ਸੀ ਕਿ ਲਾਈਟ ਆਈ ਹੈ ਇਹ ਲੱਗਣੀ ਚਾਹੀਦੀ ਹੈ ਸੁੰਦਰ ਸਿੰਘ ਮਜੀਠੀਆ ਜੀ ਦਾ ਉਸ ਸਮੇਂ ਕੌਮ ਵਿੱਚ ਨਾ ਸੀ ਤੇ ਉਹ ਉਸ ਧੜੇ ਵਿੱਚ ਖੜੇ ਸੀ ਕਿ ਲਾਈਟ ਆਈ ਹੈ ਤੇ ਲੱਗਣੀ ਚਾਹੀਦੀ ਹੈ ਹੁਣ ਦਰਬਾਰ ਸਾਹਿਬ ਜੀ ਦਾ ਪ੍ਰੋਗਰਾਮ ਲਾਈਵ ਹੁੰਦਾ ਹੈ মিডিਆ ਦਾ ਸਮਾਂ ਆ ਗਿਆ ਦੱਸ ਨਹੀਂ ਸਕਦਾ ਕੇ ਬਾਹਰ ਰਹਿੰਦੀਆਂ ਸੰਗਤਾਂ ਦਾ ਕਿੰਨਾ-ਕਿੰਨਾ ਨੇਮ ਹੈ तकरीबन ਹਰ ਘਰ ਵਿੱਚ ਨੇਮ ਹੈ ਕਿ ਸਵੇਰੇ ਡੇਢ ਤੋਂ 2 ਘੰਟੇ ਦਰਬਾਰ ਸਾਹਿਬ ਜੀ ਦਾ ਸਾਰਾ ਕੀਰਤਨ ਆਸਾ ਜੀ ਦੀ ਵਾਰ ਤੇ ਹੋਰ ਕੀਰਤਨ ਜਿਹੜਾ ਲਾਈਵ ਹੁੰਦਾ ਚੌਂਕੜਾ ਮਾਰ ਕੇ ਸੰਗਤਾਂ ਸੁਣਦੀਆਂ ਨੇ ਇਸ ਭਾਵਨਾ ਨਾਲ ਕਿ ਗੁਰੂ ਰਾਮਦਾਸ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਹਾਜ਼ਰੀ ਲੱਗ ਜਾਵੇ ਪਿਆਰ ਹੋਵੇ ਦੂਰ ਬੈਠਿਆਂ ਦੀ ਵੀ ਹਾਜ਼ਰੀ ਲੱਗ ਜਾਂਦੀ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਕੈ ਦੂਰ ਜਿਵੇਂ ਕਲਗੀ ਤਰਪੀਤਾ ਜੀ ਨੇ ਕਿਹਾ ਸੀ ਕਿ ਜਿਹੜੇ ਪੈਰੇ ਤੇ ਸਨ ਉਹਨਾਂ ਦਾ ਮਨ ਸੀ ਕਿ ਨਮਾਇਸ਼ ਵੇਖਣ ਕਿਉਂ ਨਹੀਂ ਗਏ ਤੇ ਜਿਹੜੇ ਗਏ ਸੀ ਉਹ ਕਹਿੰਦੇ ਕਲਗੀ ਤਰਪੀਤਾ ਜੀ ਉੱਠ ਪਏ ਤੇ ਕੀ ਕਹਿਣਗੇ ਕਲਗੀ ਤਰਪੀਤਾ ਜੀ ਨੇ ਕਿਹਾ ਸੀ ਕਿ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਕਈ ਵਾਰ ਬਾਹਰ ਵਾਲਿਆਂ ਦੀ ਹਾਜ਼ਰੀ ਲੱਗ ਜਾਂਦੀ ਹੈ ਪਿਆਰ ਦੀ ਲੋੜ ਹੈ ਦਾਸ ਇਸ ਅਵਸਥਾ ਬਾਰੇ ਗੱਲ ਕਰੇ ਆਪਣੀ ਵੀ ਅਰਦਾਸ ਕਰੋ ਤੇ ਦਾਸ ਦੀ ਵੀ ਕਿ ਰੋਮ ਰੋਮ ਸਿਮਰਨ ਦੀ ਕਿਰਪਾ ਬਖਸ਼ਿਸ਼ ਹੋਵੇ ਬਾਬਾ ਆਨੰਦ ਸਿੰਘ ਜੀ ਇਸ ਅਵਸਥਾ ਤੇ ਪਹੁੰਚੇ ਹੋਏ ਸੀ ਸੁੰਦਰ ਸਿੰਘ ਮਜੀਠੀਆ ਦਰਸ਼ਨ ਕਰਨਾ ਹੈ ਬਾਬਾ ਆਨੰਦ ਸਿੰਘ ਜੀ ਮਹਾਪੁਰਸ਼ਾਂ ਦੇ ਮਾਲਾ ਚੱਲ ਰਹੀ ਹੈ ਰੋਮ ਰੋਮ ਚੱਲ ਰਿਹਾ ਤੇ ਕਿਤੇ ਉਸ ਨੇ ਵੀ ਕਹਿ ਦਿੱਤਾ ਮਹਾਪੁਰਸ਼ੋ ਇੱਕ ਮਣਕਾ ਵਾਹਿਗੁਰੂ ਕਹਿ ਕੇ ਸਾਡੇ ਨਾਂ ਦਾ ਵੀ ਸੁੱਟ ਦਿਆ ਕਰੋ ਵਾਹਿਗੁਰੂ ਜੀ ਬਾਬਾ ਜੀ ਹੱਸ ਪਏ ਸੁੰਦਰ ਸਿੰਘ ਕੀ ਜੈਲਾ ਕਹਿੰਦਾ ਇੱਕ ਮਣਕਾ ਵਾਹਿਗੁਰੂ ਕਹਿ ਕੇ ਸਾਡੇ ਨਾਂ ਦਾ ਵੀ ਸੁੱਟ ਦਿਆ ਕਰੋ ਬਾਬਾ ਜੀ ਹੱਸ ਪਏ ਚੰਗਾ ਭਾਈ ਸੁੰਦਰ ਸਿੰਘ ਮਜੀਠੀਆ ਪ੍ਰਸ਼ਾਦ ਲੈ ਕੇ ਬਾਹਰ ਆਏ ਉਦੋਂ ਕਿਸੇ ਕੋਲ ਕਿਸੇ ਕਿਸੇ ਕੋਲ ਕਾਰ ਹੁੰਦੀ ਸੀ ਲੱਖ ਬੰਦੇ ਵਿੱਚੋਂ ਕਿਸੇ ਕੋਲ ਕਾਰ ਹੁੰਦੀ ਸੀ ਜਦੋਂ ਆਪਣੀ ਕਾਰ ਵਿੱਚ ਬੈਠੇ ਤੇ ਸੁੰਦਰ ਸਿੰਘ ਮਜੀਠੀਆ ਜੀ ਦਾ ਡਰਾਈਵਰ ਕਹਿਣ ਲੱਗਾ ਤੁਸੀਂ ਬਾਬਾ ਜੀ ਨੇ ਇਹ ਕਿਉਂ ਕਿਹਾ ਕਿ ਇੱਕ ਵਾਰੀ ਵਾਹਿਗੁਰੂ ਕਹਿ ਕੇ ਸਾਡੇ ਨਾਂ ਦਾ ਮਣਕਾ ਸੁੱਟ ਦਿਆ ਕਰੋ ਤੁਸੀਂ ਆਪੇ ਹੀ ਇੱਕ ਵਾਰੀ ਵਾਹਿਗੁਰੂ ਕਹਿ ਲਓ ਉਹ ਕਹਿਣ ਲੱਗੇ ਉਹ ਭੋਲਿਆ ਜਿਹੜਾ ਮਹਾਪੁਰਸ਼ ਰੂਮ ਰੂਮ ਦੀ ਅਵਸਥਾ ਤੇ ਪਹੁੰਚਿਆ ਹੋਵੇ ਉਹ ਇੱਕ ਵਾਰ ਵਾਹਿਗੁਰੂ ਕਹਿ ਦੇਵੇ ਤੇ 7 ਕਰੋੜ ਵਾਰੀ ਵਾਹਿਗੁਰੂ ਕਹਿਣ ਦਾ ਮਹਾਤਮ ਬਣ ਜਾਂਦਾ ਹੈ ਇੰਨਾ ਮਹਾਤਮ ਹੈ ਰਸਨਾ ਦਾ ਮਹਾਤਮ ਹੋਰ ਹੈ ਕੰਠ ਦਾ ਹੋਰ ਹੈ ਸੁਰਤੀ ਦਾ ਹੋਰ ਹੈ ਸਵਾਸ ਸਵਾਸ ਦਾ ਹੋਰ ਹੈ ਫਿਰਦੇ ਦਾ ਹੋਰ ਹੈ ਅਜੱਪਾ ਜਾਪ ਦਾ ਹੋਰ ਹੈ ਅਨਹਦ ਨਾਦ ਦਾ ਹੋਰ ਰੂਮ ਰੂਮ ਦਾ ਮਹਾਤਮ ਹੋਰ ਹੈ ਮਹਾਤਮ ਵੱਧ ਜਾਂਦਾ ਹੈ ਹੁਣ ਕਿਸੇ ਨੂੰ ਅਜੇ ਵੀ ਤਸੱਲੀ ਨਾ ਹੋਵੇ ਤੇ ਇੱਕ ਅਰਦਾਸ ਦਾਸ ਦੀ ਵੀ ਕਰਦੇਓ ਤੇ ਆਪਣੀ ਵੀ ਕਰਦੇਓ ਇਹ ਚੀਜ਼ ਭਾਈ ਨੰਦ ਲਾਲ ਜੀ ਨੇ ਵੀ ਵੇਖੀ ਇਹ ਚੀਜ਼ ਭਾਈ ਨੰਦ ਲਾਲ ਜੀ ਨੇ ਵੀ ਮੰਗੀ ਹੈ ਦਾਸ ਦਾ ਬੜਾ ਦਿਲ ਕੀਤਾ ਉਹ ਮੰਗਣ ਵਿੱਚ ਤੇ ਤੁਸੀਂ ਵੀ ਮੰਗ ਲਓ ਫਿਰ ਸਮਾਪਤੀ ਹੈ ਭਾਈ ਨੰਦ ਲਾਲ ਜੀ ਨੇ ਇੱਕ ਦਾਤ ਮੰਗੀ ਹੈ ਹਰ ਰੋਮ ਕਰਦੇ ਜੀਬ ਮੇਰੀ ਹਰ ਰੋਮ ਕਰਦੇ ਜੀਬ ਮੇਰੀ ਭਾਈ ਨੰਦ ਲਾਲ ਜੀ ਕਹਿੰਦੇ ਕਾਲੀਆਂ ਵਾਲੇ ਮੇਰਾ ਹਰ ਰੋਮ ਜੀਬ ਬਣ ਜਾਵੇ ਹਰ ਰੋਮ ਕਰਦੇ ਜੀਬ ਮੇਰੀ ਇਹ ਫਾਰਸੀ ਵਿੱਚ ਹੈ 10 ਪੰਜਾਬੀ ਵਿੱਚ ਬੋਲ ਰਿਹਾ ਹਰ ਰੋਮ ਕਰਦੇ ਜੀਬ ਮੇਰੀ ਇਹ ਕਰ ਕਰਮ ਸਿਫਤ ਸਾਈਂ ਦੀ ਕਰਾਂ ਮੈਂ ਦਮ ਬਦਮ ਆਓ ਜੀ ਇਹ ਪੰਕਤੀਆਂ ਪੜ੍ਹੀਏ ਤੇ ਫਿਰ ਸਮਾਪਤੀ ਹੈ ਜੀ ਕਰ ਕਿਰਪਾ ਦੇਵੋ ਹਰਨਾਮ ਸੰਗਤ ਜੀ ਇਨੀ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਗਲਤੀਆਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ